ਤੂੰ ਆਪਣਾ ਰਹਿਣ ਦਿਆ ਨਾ ਉੱਥੇ, ਠੀਕ ਆ, ਰੋਟੀ ਖਾਧੀ ਨਹੀਂ, ਖਰੇ ਤਾਂ ਖਾਧੀ ਰੋਟੀ ਹੁਣ ਖਾਧੀ ਹੋਰ ਹੁਣ ਕੱਲ੍ਹ ਕੱਲ੍ਹ ਦਾ ਦਿਨ ਰਹਿ ਗਿਆ ਪਰਸੋਂ, ਬਸ ਵੀਕ ਪਰਸੋਂ ਦੇ ਸਾਡੇ ਘਰ ਤੁਹਾਨੂੰ ਕੱਢਾਂਗੇ ਠੀਕ ਆ, ਉਸ ਹਿਸਾਬ ਨਾਲ ਫਿਰ ਕਰਕੇ ਕਰਨਾ ਪਾਸਪੋਰਟ ਮੇਰੇ ਕੋਲ ਨਹੀਂ ਉੱਥੇ ਕਾਂ ਹੈਗੀਆਂ ਕੋਈ ਨਹੀਂ, ਕੱਲ੍ਹ ਨੂੰ ਇੱਕ ਪੇਪਰ ਬਣਾਉਣਾ ਪੈਣਾ ਤੁਹਾਡਾ ਏਰੀਆ ਇੰਡੀਆ ਦਾ, ਉਹ ਬਣਾ ਕੇ ਉਹਨੂੰ ਬਾਅਦ ਚੋਂ ਅਤੇ ਮੁੰਡਾ ਮਾਰ ਲੈ ਜਾਵੇ ਏਅਰਪੋਰਟ 'ਤੇ ਕਰਦਾ ਠੀਕ ਹੈ, ਉੱਥੋਂ ਮਾਤਾ ਤਾਂ ਨਾਲੇ ਭਾਜੀ ਨਾਲ ਗੱਡੀ ਆਉਣਗੇ ਤੁਹਾਡੇ ਬੱਚੇ ਆਉਣਗੇ ਬਾਈਕ ਆਉਣਗੇ ਸਾਨੂੰ ਕੰਪਨੀ ਤੋਂ ਬਾਹਰ ਕੱਢਦਾ ਜੀ, ਸਾਡੇ ਕੋਲ ਰਹਿਣ ਵਾਸਤੇ ਜਗ੍ਹਾ ਵੀ ਨਹੀਂ ਹੈ, ਸਾਡੇ ਕੋਲ ਕੁਛ ਨਹੀਂ ਹੈ ਅਤੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਅਤੇ ਐਸ ਪੀ ਓਬਰਾਏ ਸਿੰਘ ਨੇ ਸਾਨੂੰ ਇਮੀਗ੍ਰੇਸ਼ਨ ਦਾ ਕੰਮ ਕਰਵਾ ਕੇ ਟਿਕਟਾਂ ਲੈ ਕੇ ਅਤੇ ਸਾਨੂੰ ਵਾਪਸ ਇੰਡੀਆ ਭੇਜ ਛੱਡਿਆ। ਆਪਣਾ ਰਹਿਣ ਦਿਆ ਨਾ ਉੱਥੇ, ਠੀਕ ਆ, ਰੋਟੀ ਖਾਧੀ ਨਹੀਂ, ਖਰੇ ਤਾਂ ਖਾਧੀ ਰੋਟੀ ਹੁਣ ਖਾਧੀ ਹੋਰ ਹੁਣ ਕੱਲ੍ਹ ਕੱਲ੍ਹ ਦਾ ਦਿਨ ਰਹਿ ਗਿਆ ਪਰਸੋਂ, ਬਸ ਵੀਕ ਪਰਸੋਂ ਦੇ ਸਾਡੇ ਘਰ ਤੁਹਾਨੂੰ ਕੱਢਾਂਗੇ ਠੀਕ ਆ, ਉਸ ਹਿਸਾਬ ਨਾਲ ਫਿਰ ਕਰਕੇ ਕਰਨਾ ਪਾਸਪੋਰਟ ਮੇਰੇ ਕੋਲ ਨਹੀਂ ਉੱਥੇ ਕਾਂ ਹੈਗੀਆਂ ਕੋਈ ਨਹੀਂ, ਕੱਲ੍ਹ ਨੂੰ ਇੱਕ ਪੇਪਰ ਬਣਾਉਣਾ ਪੈਣਾ ਤੁਹਾਡਾ ਏਰੀਆ ਇੰਡੀਆ ਦਾ, ਉਹ ਬਣਾ ਕੇ ਉਹਨੂੰ ਬਾਅਦ ਚੋਂ ਅਤੇ ਮੁੰਡਾ ਮਾਰ ਲੈ ਜਾਵੇ ਏਅਰਪੋਰਟ 'ਤੇ ਕਰਦਾ ਠੀਕ ਹੈ, ਉੱਥੋਂ ਮਾਤਾ ਤਾਂ ਨਾਲੇ ਭਾਜੀ ਨਾਲ ਦੇਖਣਾ ਗੱਡੀ ਆਉਣਗੇ ਤੁਹਾਡੇ ਬੱਚੇ ਆਉਣਗੇ ਬਾਈਕ ਆਉਣਗੇ ਸਾਨੂੰ ਕੰਪਨੀ ਤੋਂ ਬਾਹਰ ਕੱਢਦਾ ਜੀ, ਸਾਡੇ ਕੋਲ ਰਹਿਣ ਵਾਸਤੇ ਜਗ੍ਹਾ ਵੀ ਨਹੀਂ ਹੈ, ਸਾਡੇ ਕੋਲ ਕੁਛ ਨਹੀਂ ਹੈ ਅਤੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਅਤੇ ਐਸ ਪੀ ਓਬਰਾਏ ਸਿੰਘ ਨੇ ਸਾਨੂੰ ਇਮੀਗ੍ਰੇਸ਼ਨ ਦਾ ਕੰਮ ਕਰਵਾ ਕੇ ਟਿਕਟਾਂ ਲੈ ਕੇ ਅਤੇ ਸਾਨੂੰ ਵਾਪਸ ਇੰਡੀਆ ਭੇਜ ਛੱਡਿਆ।